ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਕੀਤੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਚੱਲ ਰਹੀ ਤਕਨੀਕੀ ਵਿੱਦਿਆ ਦੀ ਪ੍ਰਮੁੱਖ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਟੈਕਨੀਕਲ ਇੰਸਟੀਟਿਊਸ਼ਨ ਸਪੋਰਟਸ ਵੱਲੋਂ ਸਟੇਟ ਇੰਟਰ ਪੋਲੀਟੈਕਨਿਕ ਟੈਕ ਫੈਸਟ ਰਾਇਤ ਐਂਡ ਬਾਹਰਾ ਗਰੁੱਪ ਆਫ ਕਾਲਜ ਰਾਇਲ ਮਾਜਰਾ ਰੋਪੜ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਸਾਰੇ ਪੋਲੀਟੈਕਨਿਕ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਟੈਕ ਫੈਸਟ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਦੇ ਮੈਕੇਨੀਕਲ ਇੰਜੀਨੀਅਰਿੰਗ ਤੀਜੇ ਸਾਲ ਦੇ ਵਿਦਿਆਰਥੀਆਂ ਵੱਲੋਂ ਪ੍ਰੋਜੈਕਟ ਡਿਸਪਲੇ ਵਿੱਚ ਨਾਨ ਪੋਲਿਊਟਿੰਗ ਵਹੀਕਲ ਨੇ ਤੀਜਾ ਸਥਾਨ ਅਤੇ ਆਟੋਮੋਬਾਈਲ ਇੰਜੀਨੀਅਰਿੰਗ ਦੇ ਵਿਦਿਆਰਥੀ ਰੇਸ਼ਮ ਕੁਮਾਰ ਨੇ ਪੇਪਰ ਪ੍ਰੈਜੈਂਟੇਸ਼ਨ ਵਿੱਚ ਪਹਿਲਾ ਸਥਾਨ ਗੋਲਡ ਮੈਡਲ ਪ੍ਰਾਪਤ ਕੀਤਾ। ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਪ੍ਰੋਜੈਕਟ ਸਵਿੰਗਿੰਗ ਬ੍ਰਿਜ ਵਿੱਚ ਪਹਿਲਾ ਸਥਾਨ ਗੋਲਡ ਮੈਡਲ ਅਤੇ ਕੰਪਿਊਟਰ ਇੰਜੀਨੀਅਰਿੰਗ ਦੇ ਵਿਦਿਆਰਥੀ ਪਰਮਿੰਦਰ ਸਿੰਘ ਨੇ ਵਰਚੁਅਲ ਰਿਐਲਿਟੀ ਪੇਪਰ ਪ੍ਰੈਜੈਂਟੇਸ਼ਨ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਸਟੇਟ ਇੰਟਰ ਪੋਲੀਟੈਕਨਿਕ ਟੈਕ ਫੈਸਟ ਵਿੱਚ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰੱਸਟ ਦੇ ਮੈਂਬਰ ਸਕੱਤਰ ਡਾਕਟਰ ਪਰਮਜੀਤ ਸਿੰਘ ਸਰੋਆ ਵੱਲੋਂ ਵਿਸ਼ੇਸ਼ ਤੌਰ ਤੇ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਆਪਣੇ ਸੰਬੋਧਨ ਦੌਰਾਨ ਕਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ, ਜੋ ਕਿ ਪੰਜਾਬ ਵਿੱਚ ਪਹਿਲੀਆਂ ਸਾਡੀਆਂ ਇੰਸਟੀਟਿਊਸ਼ਨ ਵਿੱਚ ਆਉਂਦਾ, ਉਸ ਦੇ ਬੱਚਿਆਂ ਵੱਲੋਂ ਪੰਜਾਬ ਟੈਕਨੀਕਲ ਬੋਰਡ ਦੇ ਅਧੀਨ ਹਰ ਸਾਲ ਜੋ ਮੁਕਾਬਲੇ ਕਰਵਾਏ ਜਾਂਦੇ ਹਨ ਉਹਦੇ ਵਿੱਚ ਭਾਗ ਲਿਆ ਗਿਆ, ਔਰ ਜਿਨ੍ਹਾਂ ਵਿੱਚ ਸਾਡੇ ਸਿਵਲ ਡਿਪਾਰਟਮੈਂਟ ਦੇ ਬੱਚਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਆਪਣੇ ਪ੍ਰੋਜੈਕਟ ਰਾਹੀਂ, ਔਰ ਮਕੈਨੀਕਲ ਦੇ ਬੱਚਿਆਂ ਨੇ ਦੂਸਰਾ ਸਥਾਨ ਅਤੇ ਹੋਰ ਬਹੁਤ ਸਾਰੇ ਬੱਚਿਆਂ ਨੇ ਜਿਹੜੇ ਆਪੋ ਆਪਣੀਆਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਮੈਂ ਜਿੱਥੇ ਉਹਨਾਂ ਬੱਚਿਆਂ ਨੂੰ ਵਧਾਈ ਦੇਣੀ ਚਾਹੁੰਦਾ ਇਸ ਉਹਨਾਂ ਦੀ ਸਫਲਤਾ ਲਈ, ਉੱਥੇ ਇਸ ਕਾਲਜ ਦੇ ਪ੍ਰਿੰਸੀਪਲ ਕਰਨਲ ਆਤਮਜੀਤ ਸਿੰਘ ਜੀ ਔਰ ਜਿਹੜਾ ਸਾਡਾ ਵਧੀਆ ਅਤੇ ਸ਼ੁਗਰ ਸਟਾਫ ਹੈ ਉਹਨੂੰ ਇਸ ਲਿਵਾਲ ਦੀ ਵਧਾਈ ਦਿੰਦਾ, ਔਰ ਆਸ ਕਰਦਾ ਕਿ ਅੱਗੇ ਤੋਂ ਵੀ ਇਹ ਜਿਹੜਾ ਕਾਲਜ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤੇ ਸਿੱਖੀ ਦਾ ਨਾਮ ਰੋਸ਼ਨ ਕਰਦਾ ਰਹੇਗਾ। ਉਹਨਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਦੇ ਡਾਇਰੈਕਟਰ ਕਰਨਲ ਆਤਮਜੀਤ ਸਿੰਘ ਨੇ ਕਿਹਾ, ਪੋਲੀਟੈਕਨਿਕ ਕਾਲਜ 2006 ਤੋਂ ਸ਼ੁਰੂ ਹੋਇਆ ਸੀਗਾ। ਕਾਲਜ ਹਰ ਸਾਲ ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਚੰਡੀਗੜ੍ਹ ਤੋਂ ਜਿਹਨਾਂ ਉਹਨਾਂ ਨੇ ਫੰਕਸ਼ਨ ਹੁੰਦੇ ਨੇ, ਕਲਚਰਲ ਫੰਕਸ਼ਨ ਹੋ, ਟੈਕਨੀਕਲ ਫੈਸਟੀਵਲ ਹੋ, ਐਥਲੈਟਿਕ ਮੀਟ ਹੋ, ਉਹਨਾਂ 'ਚ ਹਿੱਸਾ ਲੈਂਦੇ ਹਾਂ। ਅਤੇ ਉਹਦੇ 'ਚ ਐਕਚੁਲੀ ਜਿਹੜਾ ਟੈਕਨੀਕਲ ਫੈਸਟੀਵਲ ਹੋਇਆ ਸੀਗਾ ਅਤੇ ਸਿਵਲ ਇੰਜੀਨੀਅਰਿੰਗ ਫਸਟ ਪੋਜੀਸ਼ਨ 'ਚ ਆਇਆ ਸੀ ਸਾਡੇ ਬੱਚੇ, ਔਰ ਮੈਕੈਨੀਕਲ 'ਚ ਸੈਕਿੰਡ, ਔਰ ਬਾਕੀ ਟ੍ਰੇਡਾਂ 'ਚ ਥਰਡ ਪੋਜੀਸ਼ਨ ਆਏ ਨੇ। ਅਤੇ ਇਹ ਸਾਰਾ ਜਿਹੜੇ ਸਾਡੇ ਸਟਾਫ ਨੇ, ਹੈੱਡ ਆਫ ਦੀ ਡਿਪਾਰਟਮੈਂਟ ਦੇ ਜਿਹੜੇ ਪ੍ਰੋਜੈਕਟ ਇੰਚਾਰਜ ਸੀ ਉਹਨਾਂ ਦੀ ਮਿਹਨਤ ਨਾਲ ਔਰ ਸਟੂਡੈਂਟ ਦੇ ਲਗਨ ਦੇ ਨਾਲ ਅਸੀਂ ਇਸ ਪੋਜੀਸ਼ਨ 'ਤੇ ਹਾਸਿਲ, ਹਰ ਸਾਲ ਸਾਨੂੰ ਪੋਜੀਸ਼ਨ ਮਿਲਦੇ ਰਹਿੰਦੇ ਨੇ। ਜਿਹੜੇ ਸੈਕਟਰੀ ਨੇ ਸਪੈਸ਼ਲੀ ਇਸੇ ਵਾਸਤੇ ਆਏ ਸੀ ਕਿ ਬੱਚਿਆਂ ਨੂੰ ਸਮਾਂ ਕੀਤਾ, ਹਰੇਕ ਦਾ ਹੌਸਲਾ ਵਧਾਈ ਕੀਤਾ। ਉਧਰ ਇਸ ਸਟੇਟ ਇੰਟਰ ਪੋਲੀਟੈਕਨਿਕ ਟੈਕ ਫੈਸਟ ਮੁਕਾਬਲਿਆਂ ਵਿੱਚੋਂ ਬਾਜ਼ੀਆਂ ਮਾਰਨ ਵਾਲੇ ਵਿਦਿਆਰਥੀਆਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਵਾਰੀ ਪ੍ਰੋਜੈਕਟ ਬਣਾਇਆ ਤੇ ਪ੍ਰੋਜੈਕਟ ਦਾ ਨਾਮ ਹੈਗਾ ਨੋਨ ਪੋਲੂਟਿੰਗ ਵਹੀਕਲ। ਇਹ ਨੋਨ ਪੋਲੂਟਿੰਗ ਵਹੀਕਲ ਹੈ, ਇਹ ਚੱਲਦਾ ਕੰਪਰੈਸਡ ਏਅਰ ਨਾਲ, ਜਿਹਨੂੰ ਆਪਾਂ ਹਵਾ ਨਾਲ ਵੀ ਕਹਿ ਦਿੰਦੇ ਹਾਂ, ਅਤੇ ਚੱਲਦਾ ਇਹ ਬੈਟਰੀ ਨਾਲ, ਜਿਹੜੀ ਚਾਰਜ ਹੁੰਦੀ ਹੈ ਸੋਲਰ ਐਨਰਜੀ ਨਾਲ। ਅੱਜ ਦੇ ਸਮੇਂ ਡਿਮਾਂਡ ਕਾਰਨ ਵੀ ਅੱਜ ਕੱਲ੍ਹ ਪੋਲਿਊਸ਼ਨ ਬਹੁਤ ਜ਼ਿਆਦਾ ਵੱਧ ਰਿਹਾ, ਉਸ ਲਈ ਅਸੀਂ ਇਹਨੂੰ ਇੱਕ ਪੋਲਿਊਸ਼ਨ ਫਰੀ ਵਹੀਕਲ ਬਣਾਇਆ, ਜਿਹੜਾ ਇੱਕ ਤਾਂ ਬੈਟਰੀ 'ਤੇ ਚੱਲਦਾ ਅਤੇ ਹਵਾ ਨਾਲ ਚੱਲਦਾ, ਇਹ ਬਿਲਕੁਲ ਵੀ ਪੋਲਿਊਸ਼ਨ ਨਹੀਂ ਕਰਦਾ। ਅਤੇ ਇਹਨੂੰ ਬਣਾਉਣ ਲਈ ਸਾਡੇ ਕਾਲਜ ਦੇ ਜਿਹੜੇ ਸਰ ਹੈਗੇ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ, ਉਹਨਾਂ ਦੀ ਹਿੰਮਤ ਕਾਰਨ ਅਤੇ ਸਾਡੀ ਮਿਹਨਤ ਕਾਰਨ ਇਹ ਪ੍ਰੋਜੈਕਟ ਅੱਜ ਪੂਰੇ ਪੰਜਾਬ 'ਚ ਤੀਜੇ ਨੰਬਰ 'ਤੇ ਆਇਆ, ਜਿਸ ਦੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਰਿਆਤਵਾੜਾ ਰੋਪੜ ਟੈਕ ਫੈਸਟ ਹੋਇਆ ਸੀਗਾ, ਜਿਸ ਵਿੱਚ ਅਸੀਂ ਇਹ ਪ੍ਰੋਜੈਕਟ ਬਣਾਇਆ ਸੀਗਾ ਸਵਿੰਗ ਬ੍ਰਿਜ। ਉੱਥੇ ਸਟੇਟ ਲੈਵਲ 'ਤੇ ਇਹ ਕੰਪੀਟੀਸ਼ਨ ਹੋਇਆ ਸੀਗਾ, ਜੋ ਕਿ ਪਹਿਲੀ ਪੋਜੀਸ਼ਨ 'ਤੇ ਆਇਆ ਹੈ। ਉੱਥੇ ਕਾਫੀ ਸਾਰੇ ਕਾਲਜ, 100 ਕਾਲਜ ਉਹਨਾਂ ਦਾ ਪ੍ਰੋਜੈਕਟ ਆਇਆ ਸੀਗਾ, ਅਤੇ ਸਾਡੇ ਪਹਿਲੀ ਪੋਜੀਸ਼ਨ ਹਾਸਿਲ ਕੀਤੀ ਹੈ। ਜਦੋਂ ਤੱਕ ਇਹ ਕਾਲਜ ਬਣਿਆ ਹੁਣ ਤੱਕ ਇਹ ਪਹਿਲੀ ਵਾਰ ਪ੍ਰੋਜੈਕਟ ਗਿਆ ਸੀ ਸਾਡੇ ਸਿਵਲ ਡਿਪਾਰਟਮੈਂਟ ਦਾ, ਅਤੇ ਪਹਿਲੀ ਵਾਰੀ ਸਾਨੂੰ ਇੰਨੀ ਵੱਡੀ ਸਫਲਤਾ ਪ੍ਰਾਪਤ ਹੋਈ ਹੈ, ਅਤੇ ਅਸੀਂ ਬਹੁਤ ਖੁਸ਼ ਹਾਂ। ਇਸ ਪ੍ਰੋਗਰਾਮ ਵਿੱਚ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਸਾਰੇ ਹਫ਼ਤੇ ਦੀਆਂ ਪੰਥਕ ਸਰਗਰਮੀਆਂ ਨਾਲ ਰੂਬਰੂ ਕਰਵਾਈਏ। ਇਸ ਪ੍ਰੋਗਰਾਮ ਸੰਬੰਧੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਕੋਈ ਰਾਇ, ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਮੇਲ ਕਰੋ feedback@pdcnetwork.tv ਤੇ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ, ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।